ਮਰ ਮਰ ਇੱਕ ਬਣਾਵੇ ਸ਼ੀਸ਼ਾ, ਇੱਕ ਮਾਰ ਵੱਟਾ ਬਣਦੇ। ਦੁਨੀਆ ਉੱਤੇ ਥੋੜ੍ਹੇ ਰਹਿ ਗਏ ਕਦਰ ਸ਼ਨਾ ਸੁਖਨ ਦੇ। ਅਵਲ ਤਾਂ ਸਮਝ ਨਾ ਕਿਸੇ ਤੇ ਕੌਣ ਸੁਖਨ ਅੱਜ ਸੁਣਦਾ। ਜੇ ਸੁਣ ਸੀ ਤਾਂ ਕਿੱਸਾ ਉਤਲਾ ਰਮਜ਼ਾ ਕੋਈ ਨਾ ਪੁਣਦਾ। ਅਤੇ ਸੁਖਨਮੰਦਾਂ ਦੇ ਦਰਦ ਮੁਹੰਮਦ ਦੇਣ ਗਵਾਹੀ ਹਾਲੂ। ਜਿਸ ਪੱਲੇ ਫੁੱਲ ਬੱਧੇ ਹੋਵਣ ਆਵੇ ਬਾਸਰ ਮਲ। ਜੀ ਜਨਾਬ, ਨਵਾਂ ਪ੍ਰੋਗਰਾਮ, ਨਵਾਂ ਮੇਜ਼ਬਾਨ ਤੁਹਾਡੀ ਖਿਦਮਤ 'ਚ ਹਾਜ਼ਰ। ਯਕੀਨਾ ਤੁਸੀਂ ਹੋ ਗਏ ਹੈਰਾਨ ਜਨਾਬ। ਹੈਰਾਨ ਹੋਣ ਦੀ ਕੋਈ ਗੱਲ ਨਹੀਂ ਕਿ ਪ੍ਰੋਗਰਾਮ ਹਰਿਆਲੀ ਦੇ ਨਾਲ ਤੁਹਾਡਾ ਮਿੱਤਰ, ਤੁਹਾਡਾ ਸੱਜਣ ਜਾਵੇਦ ਵੱਟੂ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅਸਲਾਮ ਅਲੈਕੁਮ ਜੀ। ਨਾਜ਼ਰੀਨ, ਕਿਵੇਂ ਹੋ ਤੁਸੀਂ? ਮੈਨੂੰ ਉਮੀਦ ਹੈ ਕਿ ਤੁਸੀਂ ਜਿੱਥੇ ਵੀ ਹੋ ਹਮੇਸ਼ਾ ਵਾਂਗ ਹੱਸਦੇ ਪਿਓ ਅਤੇ ਵੱਸਦੇ ਪਿਓ। ਅਤੇ ਦੁਆ ਹੈ ਕਿ ਰੱਬ ਸੋਹਣਾ, ਰੱਬ ਸੱਚਾ ਹਮੇਸ਼ਾ ਤੁਹਾਨੂੰ ਸ਼ਾਦ ਰੱਖੇ, ਆਬਾਦ ਰੱਖੇ। ਜੀ ਜਨਾਬ, ਅੱਜ ਇਹ ਮਹਿਫਲ ਸਜੀਏ ਕਿਉਂਕਿ ਇਹ ਜ਼ਰਾਈ ਪ੍ਰੋਗਰਾਮ ਹੈ, ਜ਼ਰਾਤ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਡੇਅਰੀ ਦੇ ਹਵਾਲੇ ਦੇ ਨਾਲ, ਫਸਲਾਂ ਦੇ ਹਵਾਲੇ ਦੇ ਨਾਲ, ਜਾਨਵਰਾਂ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਸਾਡੇ ਇਸ ਪੈਨਲ ਤੋਂ ਸਾਡੇ ਜ਼ਿੰਮੀਦਾਰ ਅਤੇ ਕਾਸ਼ਕਾਰ ਭਰਾ, ਜਿਹੜੇ ਇਸ ਮੁਲਕ ਦੀ ਬੁਨਿਆਦ ਨੇ, ਜਿਹੜੇ ਇਸ ਮੁਲਕ ਦੀ ਇਸ ਮੁਲਕ ਨੂੰ ਚਲਾਉਣ ਵਾਸਤੇ ਜਿਨ੍ਹਾਂ ਦਾ ਅਕਲੀਦੀ ਕਿਰਦਾਰ ਹੈ, ਉਹਨਾਂ ਨੂੰ ਅਸੀਂ ਫਾਇਦੇ ਦੇ ਸਕੀਏ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਕੋਲ ਜਿਹੜੇ ਮਹਿਮਾਨ ਸ਼ਖਸੀਅਤ ਨੇ, ਉਹਨਾਂ ਦਾ ਨਾਂ ਦੱਸਣ ਤੋਂ ਪਹਿਲਾਂ ਇਹ ਗੱਲ ਕਰਨਾ ਚਾਹਾਂਗਾ ਕਿ ਅੱਜ ਅਗਰ ਮੈਂ ਤੁਹਾਡੇ ਸਾਹਮਣੇ ਮੌਜੂਦ ਹਾਂ ਅਤੇ ਇਹਦੇ ਪਿੱਛੇ ਮੈਨੂੰ ਇੱਕ ਐਂਕਰ ਬਣਾਉਣ ਵਾਸਤੇ, ਮੈਨੂੰ ਇੱਕ ਮੇਜ਼ਬਾਨ ਬਣਾਉਣ ਵਾਸਤੇ, ਮੈਨੂੰ ਪੋਲਿਸ਼ ਕਰਨ ਦੇ ਵਿੱਚ ਉਹਨਾਂ ਦਾ ਬੜਾ ਹੱਥ ਹੈ। ਅਤੇ ਮੈਂ ਆਪਣੇ ਸਟੂਡੀਓ ਦੇ ਵਿੱਚ ਵੈਲਕਮ ਕਰਨਾ ਵਾਂ ਅਤੇ ਖੁਸ਼ਾਮਦੀਦ ਕਹਿਣਾ ਵਾਂ ਸਾਡੇ ਮੇਰੇ ਉਸਤਾਦ ਨੇ ਜਨਾਬ ਡਾਕਟਰ ਮੁਹੰਮਦ ਅਯੂਬ ਸਾਹਿਬ। ਅਯੂਬ ਸਾਹਿਬ, ਸਤ ਬਿਸਮਿਲ੍ਲਾ ਜੀ ਆਇਆਂ ਨੂੰ ਅਤੇ ਅਸਲਾਮ ਅਲੈਕੁਮ, ਕਿਵੇਂ ਲੱਗਿਆ ਅੱਜ ਤੁਹਾਨੂੰ? ਮੈਂ ਸਭ ਤੋਂ ਪਹਿਲੇ ਤਾਂ ਸ਼ੁਕਰੀਆ ਅਦਾ ਕਰਾਂਗਾ ਜਵੇਦ ਸਾਹਿਬ ਤੁਹਾਡਾ ਅਤੇ ਇਸ ਟੀ ਵੀ ਚੈਨਲ ਦਾ ਜੀ, ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ, ਇਹਦਾ ਇੰਤਜ਼ਾਮ ਕੀਤਾ ਔਰ ਇਹਦਾ ਬੰਦੋਬਸਤ ਕੀਤਾ। ਕਿਉਂਕਿ ਸਾਡਾ ਅਗਰ ਮੁਲਕੀ ਮਾਇਸ਼ਤ ਨੂੰ ਵੇਖਿਆ ਜਾਏ, ਪਾਕਿਸਤਾਨ ਲੈਵਲ 'ਤੇ ਵੇਖਿਆ ਜਾਏ ਜੀ ਜੀ, ਜਾਂ ਵਰਲਡ ਲੈਵਲ 'ਤੇ ਵੇਖਿਆ ਜਾਏ, ਤਾਂ ਇਸ ਵਕਤ ਸਭ ਤੋਂ ਜ਼ਿਆਦਾ ਜਿਹੜੀ ਸਾਨੂੰ ਇਨਕਮ ਹੋ ਰਹੀਆਂ ਨੇ ਜਾਂ ਜਿੱਥੋਂ ਸਾਨੂੰ ਬੱਚਤ ਹੋ ਰਹੀ ਹੈ, ਉਹ ਚੀਜ਼ ਹੈ ਸਾਡੀ ਜ਼ਰਾਤ, ਔਰ ਜ਼ਰਾਤ ਦੇ ਨਾਲ ਨਾਲ ਸਾਡਾ ਲਾਈਫ ਸਟਾਈਲ ਦਾ ਸ਼ੋਭਾ। ਬੇਸ਼ੱਕ, ਲੇਕਿਨ ਕੁਛ ਐਸੇ ਅਵਾਮਲ ਜਾਂ ਇਹਨੂੰ ਤੁਸੀਂ ਕਹਿ ਸਕਦੇ ਜੇ ਕਿ ਅਸੀਂ ਚਲੋ ਦੇਰ ਆਏ ਦਰੁਸਤ ਆਏ ਸਹੀ, ਕਿ ਅਸੀਂ ਅੱਜ ਇਸ ਗਏ ਗਵਾਤੇ ਵਕਤ ਦੇ ਵਿੱਚ ਆ ਕੇ ਵੀ ਅਸੀਂ ਇਸ ਚੈਨਲ ਦੇ ਨਾਲ ਸ਼ਾਮਿਲ ਹੋ ਕੇ ਔਰ ਅਸੀਂ ਲਾਈਫ ਸਟਾਕ ਦੇ ਸ਼ੋਭੇ ਦੇ ਉੱਤੇ ਅੱਜ ਗੱਲਬਾਤ ਕਰਨ ਵਾਸਤੇ ਇਕੱਠੇ ਹੋਏ ਹਾਂ। ਔਰ ਇਹ ਐਡਾ ਆਮ ਮੌਜੂ ਹੈ ਜੀ ਜੀ, ਕਿ ਜਿਹਦੇ ਉੱਤੇ ਮੈਂ ਇੱਕ ਨਹੀਂ ਸਮਝਦਾ ਕਿ ਮੈਂ ਮੁਕੰਮਲ ਇੱਕ ਪੂਰਾ ਨੌਲੇਜ ਰੱਖਣ ਵਾਲਾ ਹੋ ਸਕਣਾ, ਕਿਉਂਕਿ ਐਡਾ ਲੰਮਾ ਚੌੜਾ ਹੈ ਨੌਲੇਜ, ਉਹ ਇੱਕ ਲੰਮੀ ਚੌੜੀ ਥਿਊਰੀ ਹੈ ਕਹਿੰਦੇ ਤੇ ਬੋਲਣ ਵਾਸਤੇ, ਸਾਲ ਹਾ ਸਾਲ ਦਾ ਦਸੋ ਤਦਰੀਸ ਚੱਲਦਾ ਰਹਿੰਦਾ ਔਰ ਇਨਸਾਨ ਥੱਕ ਜਾਂਦਾ ਹੈ ਜੀ, ਲੇਕਿਨ ਇਹ ਸ਼ੋਭਿਆਂ ਦੇ ਮੁਕੰਮਲ ਅਬੂਰ ਵਕਲ ਦੇ ਨਾਲ ਨਾਲ ਇਨਸਾਨ ਸਿੱਖਦਾ ਰਹਿੰਦਾ ਔਰ ਇੱਕ ਦੂਜੇ ਨੂੰ ਦੱਸਦਾ ਰਹਿੰਦਾ। ਬੇਸ਼ੱਕ ਬੇਸ਼ੱਕ। ਅਤੇ ਡਾਕਟਰ ਸਾਹਿਬ, ਨਾਲੇ ਗੱਲ ਇਹ ਹੈ ਕਿ ਹੁਣ ਉਹ ਵੇਲਾ ਜਿਹੜਾ ਨਾ, ਵਕਤ ਬਦਲ ਗਿਆ ਹੈ ਔਰ ਲੋਕਾਂ ਦੇ ਵਿੱਚ ਸ਼ੌਅਰ ਅਵੇਅਰਨੈਸ ਆ ਗਈ ਹੈ। ਪਹਿਲੇ ਇੱਕ ਰਵਾਇਤੀ ਤਰੀਕੇ ਹੁੰਦੇ ਸਨ ਸਾਡੇ ਜ਼ਿੰਮੀਦਾਰ ਅਤੇ ਕਾਸ਼ਕਾਰ ਭਰਾਵਾਂ ਵਾਸਤੇ, ਉਹਦੇ ਨਾਲ ਇੱਕ ਜਿਹੜੇ ਪੁਰਾਣੇ ਬੀਜ ਹੁੰਦੇ ਸਨ ਉਹ ਇਸਤੇਮਾਲ ਹੁੰਦੇ ਸਨ, ਖਾਦਾਂ ਦੀ ਬਜਾਏ ਕਿ ਜਿਹੜੀ ਦੇਸੀ ਖਾਦਾਂ ਹੁੰਦੀਆਂ ਸਨ ਆਪਣੇ ਘਰ ਦੇ ਵਿੱਚ, ਜਿਹੜੇ ਜਾਨਵਰਾਂ ਤੋਂ ਫਜ਼ਲਾਂ ਬਣਦੀਆਂ ਸਨ ਜਾਂ ਮੁਖਤਲਿਫ, ਉਹਨਾਂ ਦਾ ਇਸਤੇਮਾਲ ਹੁੰਦਾ ਸੀ। ਲੇਕਿਨ ਵੇਲਾ ਬਦਲਾ, ਹਾਲਾਤ ਬਦਲੇ ਔਰ ਹੁਣ ਉਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਯਾਨੀ ਜ਼ਿਆਦਾ ਪੈਦਾਵਾਰ ਲੈਣ ਵਾਸਤੇ ਜਿਹੜੇ ਨਾ ਉਹ ਉਹਨਾਂ ਦੀ ਉਹ ਜਸਤਜੂ ਰਹਿੰਦੇ ਨੇ, ਉਹਨਾਂ ਦੇ ਤਲਾਸ਼ ਦੇ ਵਿੱਚ ਰਹਿੰਦੇ ਨੇ ਕਿ ਕੋਈ ਐਸੇ ਤਰੀਕੇ ਹੋਣ। ਅਤੇ ਚੂੰਕਿ ਅੱਜ ਦਾ ਸਾਡਾ ਟੋਪਿਕ ਵੀ ਇਸ ਹਵਾਲੇ ਨਾਲ ਹੈ, ਅਤੇ ਮੈਂ ਚਾਹਾਂਗਾ ਕਿ ਅਸੀਂ ਜਾਨਵਰਾਂ ਦੇ ਉੱਤੇ ਗੱਲ ਕਰੀਏ ਅੱਜ। ਔਰ ਮੈਨੂੰ ਬੜੀ ਸਭ ਤੋਂ ਵੱਡੀ ਮੈਨੂੰ ਖੁਸ਼ੀ ਹੈ ਕਿ ਜਿਹੜੀ ਸਟਰਗਲ ਕਰਦੇ ਆਏ ਹਾਂ, ਜੋ ਸਿੱਖਦੇ ਆਏ ਹਾਂ, ਜੋ ਅਸੀਂ ਫੀਲਡ ਵਿੱਚ ਵੇਖਿਆ ਸਿੱਖਿਆ, ਉਹਨਾਂ 'ਤੇ ਕੰਮ ਕੀਤਾ, ਵਰਕ ਕੀਤਾ ਔਰ ਅੱਜ ਅਸੀਂ ਬਹਿ ਕੇ ਜ਼ਿਮੀਂਦਾਰਾਂ ਦੇ ਨਾਲ ਮਸ਼ਵਰੇ ਦੇ ਨਾਲ ਉਹਨੂੰ ਅੱਗੇ ਲਿਜਾਣ ਵਾਸਤੇ, ਉਹਦੀ ਗਰੋਥ ਵਾਸਤੇ, ਉਹਦੀ ਬਿਹਤਰੀ ਵਾਸਤੇ ਰਲ ਮਿਲ ਕੇ ਜ਼ਿਮੀਂਦਾਰ ਭਰਾ ਅਤੇ ਅਸੀਂ ਇਹਨੂੰ ਅੱਗੇ ਲੈ ਕੇ ਚੱਲਾਂਗੇ ਔਰ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਇਹਦੇ ਕਾਫੀ ਫਾਇਦਾ ਹਾਸਲ ਹੋਣਗੇ ਇਨਸ਼ਾਅੱਲਾ। ਬੇਸ਼ੱਕ ਬੇਸ਼ੱਕ। ਡਾਕਟਰ ਸਾਹਿਬ, ਪਹਿਲੇ ਇਹ ਹੁੰਦਾ ਸੀ ਕਿ ਜਿਹੜੇ ਸਾਡੇ ਜ਼ਿੰਮੀਦਾਰ ਜਿਹੜੇ ਸਾਨੂੰ ਵੇਖ ਰਹੇ ਨੇ, ਸਾਡੇ ਦੋਸਤ ਭਰਾ ਵੇਖ ਰਹੇ ਨੇ ਕਿ ਉਹ
ਜਿਹੜੇ ਵੱਟਾਂ ਉਖਾਲੇ ਜਿਹੜੇ ਆਪ ਬਣਾਉਂਦੇ ਸਨ ਹੁਣ ਵੀ ਬਣਾਉਂਦੇ ਨੇ, ਔਰ ਤਪਦੀ ਧੁੱਪ ਦੇ ਵਿੱਚ ਉਹ ਜਨਾਬ ਕੰਮ ਕਰਦੇ ਨੇ, ਜਿਵੇਂ ਪਸੀਨਾ ਆਉਂਦਾ, ਜਿਸਮ ਠਰ ਜਾਂਦਾ ਹੈ ਅਤੇ ਇੱਕ ਸਕੂਨ, ਇੱਕ ਅਹਿਸਾਸ ਹੁੰਦਾ ਹੈ। ਅਤੇ ਉਹ ਬੜੀ ਦੇਰ ਤੱਕ ਕੰਮ ਕਰਦੇ ਰਹਿੰਦੇ ਸਨ, ਉਹਨਾਂ ਨੂੰ ਥਕਾਵਟ ਨਹੀਂ ਹੁੰਦੀ ਸੀ, ਉਹਨਾਂ ਨੂੰ ਸਾਹ ਨਹੀਂ ਚੜ੍ਹਦੇ ਸਨ, ਕਿਉਂਕਿ ਖੁਰਾਕਾਂ ਜਿਹੜੀਆਂ ਸਨ ਜਿਹੜੀਆਂ ਉਹ ਖਾਲਿਸ ਸਨ। ਉਹਨਾਂ ਦੇ ਵਿੱਚ ਹੁੰਦਾ ਸੀ ਕਿ ਜ਼ਹਿਰ ਪਾਸ਼ੀ ਅਸੀਂ ਜਦੋਂ ਦੇ ਵਿੱਚ, ਉਹ ਕਹਿੰਦੇ ਨੇ ਨਾ ਕਿ ਪਿੰਡਾਂ ਵਾਲੇ ਹੌਲੀ ਹੌਲੀ ਸ਼ਹਿਰੀ ਹੁੰਦੇ ਜਾਂਦੇ ਨੇ, ਇਵੇਂ ਲੱਗਦਾ ਹੈ ਕਿ ਇਹ ਜ਼ਹਿਰੀ ਹੁੰਦੇ ਜਾਂਦੇ ਨੇ। ਇਹ ਜਿਹੜੀ ਜ਼ਹਿਰ ਹੈ, ਇਹ ਜਿਹੜੀ ਇਹਨਾਂ ਦੇ ਵਿੱਚ ਅਸੀਂ ਖਾਸ ਕਰ ਮੈਂ ਸ਼ੁਰੂਆਤ ਕਰਾਂਗਾ ਵੰਡੇ ਦੇ ਹਵਾਲੇ ਨਾਲ, ਕਿ ਜਿਹੜੀ ਵੰਡ ਬਣਦੀ ਹੈ ਜਾਂ ਜਿਹੜਾ ਅਸੀਂ ਖਾਲ ਅਤੇ ਵੰਡਾ ਇਸਤੇਮਾਲ ਕਰਨੇ, ਮੈਂ ਚਾਹੁੰਦਾ ਕਿ ਤੁਸੀਂ ਥੋੜ੍ਹੇ ਫਰਕ ਜ਼ਾਹਿਰ ਕਰੋ ਕਿ ਖਾਲ ਅਤੇ ਵੰਡੇ ਦੇ ਵਿੱਚ ਫਰਕ ਕੀ ਹੈ, ਅਤੇ ਵੰਡਾ ਜਿਹੜਾ ਨਾ ਉਹ ਜਾਨਵਰਾਂ ਲਈ ਕਿਉਂ ਕਰ ਜ਼ਰੂਰੀ ਹੈ। ਇਹ ਜਵੇਦ ਸਾਹਿਬ, ਅਸਲ ਗੱਲ ਹੈਗੀ ਕਿ ਆ ਜਿਹੜਾ ਤੁਸੀਂ ਹੁਣ ਟੌਪਿਕ ਜਿਹਨ 'ਤੇ ਅਸੀਂ ਗੱਲ ਕਰਨ ਲੱਗੇ ਹਾਂ, ਇਹ ਬੜਾ ਖਾਸ ਔਰ ਬੜਾ ਆਮ ਹੋ ਚੁੱਕਿਆ ਵਕਤ ਦੇ ਲਿਹਾਜ਼ ਨਾਲ। ਜੀ ਬਿਲਕੁਲ। ਇਹਦੇ ਵਿੱਚ ਕਿਉਂਕਿ ਇਹ ਹੈ ਕਿ ਜਿਹੜਾ ਅਸੀਂ ਪਹਿਲੇ ਵਕਤ ਸੀ, ਅੱਜ ਤੋਂ ਕੋਈ 20-25-30 ਸਾਲ ਪਹਿਲੇ ਚਲੇ ਜਾਓ, ਅਤੇ ਕਿਉਂਕਿ ਅਸੀਂ ਫਾਰਮਿੰਗ ਵੀ ਇਸ ਹਿਸਾਬ ਨਾਲ ਹੀ ਕਰਦੇ ਸੀ ਵੀ ਇੱਕ ਇੱਕ ਦੋ ਦੋ ਜਾਨਵਰ ਰੱਖੇ ਹੁੰਦੇ ਸੀ ਔਰ ਉਹਨਾਂ ਦਾ ਦੁੱਧ ਅਸੀਂ ਆਪਣੇ ਘਰਾਂ 'ਚ ਇਸਤੇਮਾਲ ਕਰਦੇ ਸੀ, ਔਰ ਆਵਾਮ ਵੀ ਉਨੇ ਇੰਨੀ ਜ਼ਿਆਦਾ ਉਹ ਤਾਦਾਦ ਨਹੀਂ ਸੀ ਲੋਕਾਂ ਦਾ ਆਪਣਾ ਗੁਜ਼ਰ ਗੁਜ਼ਾਰ, ਕਿਸੇ ਬੱਕਰੀਆਂ ਰੱਖੀਆਂ, ਕਿਸੇ ਮੱਝਾਂ ਰੱਖੀਆਂ, ਕਿਸੇ ਗਾਵਾਂ ਰੱਖੀਆਂ, ਅਤੇ ਉਹ ਹੀ ਨਸਲ ਸੀ ਸਾਡੇ ਕੋਲ ਕਿ ਜਿਹੜੀ ਸਾਡੀ ਪੰਜਾਬ ਦੀ, ਪਾਕਿਸਤਾਨ ਦੀ ਸੀ ਸਾਡੇ ਕੋਲ, ਅਤੇ ਉਹ ਅਸੀਂ ਲੱਗੇ। ਹੁਣ ਵਕਤ ਗੁਜ਼ਰਦੇ ਹੋਏ ਵਕਤ ਦੇ ਨਾਲ ਜਦੋਂ ਕਿ ਦੁੱਧ ਦੀ ਬਹੁਤ ਜ਼ਿਆਦਾ ਸਾਨੂੰ ਪੈਦਾਵਾਰ ਚਾਹੀਦੀ ਹੈ, ਗੋਸ਼ਤ ਦੀ ਬਹੁਤ ਜ਼ਿਆਦਾ ਪੈਦਾਵਾਰ ਚਾਹੀਦੀ, ਅਤੇ ਹੁਣ ਸਾਨੂੰ ਉਹ ਇੱਕ ਅੱਛੇ ਅੱਛੇ ਤਰੀਕੇ ਜਿਹਦੇ ਨਾਲ ਸਾਡਾ ਦੁੱਧ ਵੀ ਪਹਿਲੇ ਨਾਲੋਂ ਜ਼ਿਆਦਾ ਵਧੇ, ਸਾਡੀ ਇਹਦੀ ਪੈਦਾਵਾਰ ਵੀ ਵਧੇ ਗੋਸ਼ਤ ਦੀ ਵੀ, ਉਹਦੇ ਵਾਸਤੇ ਸਾਨੂੰ ਖਾਲ ਅਤੇ ਵੰਡੇ ਦੇ ਵਿੱਚ ਇੱਕ ਫਰਕ ਕੱਢਦੇ ਹੋਇਆਂ ਅਸੀਂ ਇਹ ਵੇਖਿਆ ਕਿ ਜਿਹਦੇ ਨਾਲ ਜਾਨਵਰ ਬਿਹਤਰ ਤੋਂ ਬਿਹਤਰ ਉਹਦੇ ਗੋਸ਼ਤ ਦੀ ਪੈਦਾਵਾਰ ਹੋ ਸਕੇ ਪਹਿਲੇ ਤੋਂ ਜ਼ਿਆਦਾ, ਔਰ ਜਿਹੜੀਆਂ ਚੀਜ਼ਾਂ ਸਾਡੇ ਕੋਲ ਮੌਜੂਦ ਨੇ ਔਰ ਅਗਰ ਉਹ ਅਸੀਂ ਜਾਨਵਰਾਂ ਨੂੰ ਖਿਲਾਈਏ, ਅਤੇ ਉਹ ਖਿਲਾਉਣ ਦੇ ਨਾਲ ਜਾਨਵਰ ਦਾ ਦੁੱਧ ਜਿੱਥੇ ਉਹ 2-4 ਕਿਲੋ ਦਿੰਦਾ ਸੀ, ਅਗਰ ਉਹ 4-8 ਕਿਲੋ ਤੱਕ ਅਸੀਂ ਲੈ ਜਾਈਏ, ਅਤੇ ਅਸੀਂ ਉਹਦੇ ਤਰੀਕੇ ਢੂੰਡਣੇ ਸ਼ੁਰੂ ਕਰਤੇ। ਬਿਲਕੁਲ। ਜਦੋਂ ਅਸੀਂ ਉਹਦੀ ਰਿਸਰਚ ਸ਼ੁਰੂ ਕੀਤੀ ਅਤੇ ਤਰੀਕੇ ਢੂੰਡੇ, ਅਤੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਅਸੀਂ ਕੀ ਕੀਤਾ ਕਿ ਅਸੀਂ ਉਹਨੂੰ ਉਹਦਾ ਨਾਂ ਇੱਕ ਵੰਡੇ ਦੀ ਸ਼ਕਲ ਦੇ ਵਿੱਚ ਮੁਖਤਲਿਫ ਕੰਪਨੀ ਨੇ ਔਰ ਮੁਖਤਲਿਫ ਬਲਕਿ ਪਾਕਿਸਤਾਨ ਲਾਈਫ ਸਟਾਕ ਦੇ ਸ਼ੋਭੇ ਨੇ ਵੀ ਇਹਦੇ 'ਚ ਬੜਾ ਹੀ ਆਮ ਕਿਰਦਾਰ, ਬੇਸ਼ੱਕ ਬੇਸ਼ੱਕ, ਮੁਖਤਲਿਫ ਕੰਪਨੀਆਂ ਨੇ ਬੜਾ ਕਿਰਦਾਰ ਕੀਤਾ ਔਰ ਬੜੇ ਹੀ ਮਾਇਆ ਨਾਜ਼ ਡਾਕਟਰ ਹਜ਼ਰਾਤ ਦੀ ਜ਼ੇਰੇ ਨਿਗਰਾਨੀ ਅਸੀਂ ਇੱਕ ਫਾਰਮੂਲੇਸ਼ਨ ਤਿਆਰ ਕੀਤੀ ਜਿਹਨੇ ਖਲ ਅਤੇ ਵੰਡੇ ਦੇ ਵਿੱਚ ਇੱਕ ਵਾਜੇ ਫਰਕ ਨੂੰ ਸਾਹਮਣੇ ਲਿਆਂਦਾ। ਉਹ ਫਰਕ ਕੀ ਹੈ? ਉਹ ਫਰਕ ਕੀ ਹੋਇਆ ਕਿ ਅਸੀਂ ਵੇਖਿਆ ਕਿ ਦੁੱਧ ਦੇ ਵਿੱਚ ਐਸੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੁੱਧ ਦੇ ਵਿੱਚ ਜਾਨਵਰ ਦੇ ਜਿਸਮ ਦੇ ਵਿੱਚੋਂ ਖਾਰਜ ਹੋ ਰਹੀਆਂ ਨੇ, ਜੀ ਜੀ, ਜਿਹਦੇ ਨਾਲ ਜਾਨਵਰ ਦੇ ਜਿਸਮ ਦੇ ਵਿੱਚ ਦੁੱਧ ਤਿਆਰ ਹੋ ਰਿਹਾ ਹੁੰਦਾ, ਜੀ ਜੀ, ਉਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਸ਼ਾਮਲ ਸਨ ਉਸ ਦੁੱਧ ਦੇ ਵਿੱਚ, ਉਹਨਾਂ ਨੂੰ ਵੇਖਦੇ ਹੋਇਆਂ ਅਸੀਂ ਵੀ ਇੰਨੇ ਪਰਸੈਂਟ ਕੈਲਸ਼ੀਅਮ ਆ ਰਿਹਾ, ਇੰਨੇ ਪਰਸੈਂਟੇਜ ਫਲਾਦ ਆ ਰਿਹਾ, ਇੰਨੀ ਪ੍ਰੋਟੀਨ ਖਾਰਜ ਹੋ ਰਹੀ ਹੈ, ਇੰਨੀਆਂ ਇਹ ਚੀਜ਼ਾਂ ਆ ਰਹੀਆਂ, ਅਸੀਂ ਉਹਨੂੰ ਇੱਕ ਸੋਚਣਾ ਸ਼ੁਰੂ ਕਰਤਾ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਕਰੀਏ। ਇਹ ਤਕਰੀਬਨ ਮੈਨੂੰ ਯਾਦ ਹੈ ਤਕਰੀਬਨ ਅਸੀਂ 85 ਤਕਰੀਬਨ ਸੰਨ 85 ਦੇ ਵਿੱਚ ਜ਼ਿਆਦਾਤਰ ਰਿਸਰਚ ਦੇ ਤੌਰ 'ਤੇ ਇਹਨੂੰ ਲਿਆ ਗਿਆ। ਪਹਿਲੇ ਇਹ ਸੀ ਕਿ ਸਾਰੀ ਰੂਟੀਨ ਵੀ ਕੁਛ ਲੋਕ ਪਾ ਰਹੇ ਨੇ ਵੰਡਾ, ਔਰ ਬਾਕੀ ਜਿਹੜੇ ਲੋਕ ਸਨ ਉਹ ਕੁਛ ਲੋਕ ਟੁਕੜਾ ਵੀ ਇਸਤੇਮਾਲ ਕਰਦੇ ਸੀ ਚੋਲਸਤਾਨ ਦੇ ਵਿੱਚ, ਜਿਹੜੀਆਂ ਰੋਟੀਆਂ ਜਿਹੜੀਆਂ ਨੇ ਉਹਨਾਂ ਦੀਆਂ ਸਾਦੀ ਰੋਟੀਆਂ ਜਿਹਨੂੰ ਖੁਸ਼ਕ ਰੋਟੀ ਟੁਕੜਾ ਉਹਨੂੰ ਆਉਂਦੇ ਨੇ, ਸੁੱਕੀ ਰੋਟੀ ਉਹ ਇਸਤੇਮਾਲ ਕਰਦੇ ਸਨ, ਠੀਕ ਹੈ। ਲੇਕਿਨ ਜਦੋਂ ਅਸੀਂ ਇਹਨੂੰ ਰਿਸਰਚ ਕੀਤਾ ਅਤੇ ਇਹਨੂੰ ਵੇਖਿਆ ਕਿ ਬਾਈ ਇਹਨੂੰ ਅਸੀਂ ਕਿਵੇਂ ਬਿਹਤਰ ਕਰੀਏ, ਅਤੇ ਪਤਾ ਲੱਗਾ ਵੀ ਇਹ ਇਹਦੇ 'ਚ ਨਕੈਸ ਨੇ ਟੁਕੜੇ ਦੇ ਵਿੱਚ ਔਰ ਇਹ ਖਲ ਦੇ ਵਿੱਚ ਨਕੈਸ ਨੇ, ਔਰ ਫਿਰ ਅਸੀਂ ਉਹਦੇ ਜੀ ਰਿਸਰਚ ਕਰਦੇ ਹਾਂ ਵੰਡੇ ਨੂੰ ਤਿਆਰ ਕੀਤਾ। ਮੇਰੇ ਖਿਆਲ ਕਿ ਬਿਹਤਰ ਹੈ ਕਿ ਅਸੀਂ ਪਹਿਲੇ ਕਿ ਜਿਹੜਾ ਬੋਸੀ ਟੁਕੜੇ ਹੁੰਦੇ ਨੇ, ਜਿਹੜੇ ਰਾਤ ਦੀ ਜਿਹੜੀ ਬਚੀ ਹੋਈਆਂ ਰੋਟੀਆਂ ਹੁੰਦੀਆਂ ਨੇ ਲੋਕ ਘਰਾਂ ਦੇ 'ਚੋਂ ਖਰੀਦਦੇ ਨੇ, ਖਰੀਦਣ ਤੋਂ ਬਾਅਦ ਦੇ ਹੁੰਦੇ ਨੇ ਕਿ ਇਹ ਉਹ ਕਹਿੰਦੇ ਨੇ ਕਿ ਸਸਤੇ ਪੈ ਜਾਂਦੇ ਨੇ ਖਲ ਨਾਲੋਂ, ਅਤੇ ਅਸੀਂ ਇਹਦੇ ਉੱਤੇ ਵੀ ਗੱਲ ਕਰੀ ਕਿ ਇਹਦੇ ਵਿੱਚ ਕੀ ਨੁਕਸਾਨਾਤ ਹੁੰਦੇ ਨੇ ਔਰ ਜਾਨਵਰ ਦੇ ਜਿਹੜੇ ਸਿਹਤ ਇਹਨਾਂ ਦਾ ਕੀ ਅਸਰ ਹੁੰਦਾ? ਅੱਛਾ, ਇਹਦੇ ਵਿੱਚ ਜਿਹੜਾ ਹੈ ਨਾ ਜੀ, ਤੁਸੀਂ ਖੁਸ਼ਕ ਟੁਕੜੇ ਦੀ ਗੱਲ ਕੀਤੀ, ਰੋਟੀ ਦੀ ਗੱਲ ਕੀਤੀ, ਅਸਲ ਵਿੱਚ ਹੁੰਦਾ ਹੈ ਕਿ ਅਸੀਂ ਕੋਈ ਨਾ ਕੋਈ ਜਦੀਦ ਟੈਕਨੋਲੋਜੀ ਦੇ ਤਹਿਤ ਖੁਸ਼ਕ ਕਰ ਨਹੀਂ ਰਹੇ ਹੁੰਦੇ, ਜੀ ਜੀ, ਰੋਟੀਆਂ ਦੇ ਹੁੰਦਾ ਵੀ ਜਿਹੜੇ ਕੋਈ ਟੁਕੜੇ ਜਾਂ ਨਾਨ, ਪਹਿਲੇ ਰੋਟੀਆਂ ਹੁੰਦੇ ਸੀ, ਅੱਜ ਕੱਲ੍ਹ ਨਾਨ ਵੀ ਸ਼ਾਮਲ ਹੋ ਗਏ ਹੁੰਦਾ ਹੈ ਕਿ ਜਿਹੜੀਆਂ ਉਹ ਚੀਜ਼ਾਂ ਬਚੀਆਂ ਹੁੰਦੀਆਂ ਨੇ ਘਰ ਦੇ ਵਿੱਚ, ਕੋਈ ਰੋਟੀ ਬਚੀ, ਕਿਸੇ ਬੱਚੇ ਛੱਡ ਦਿੱਤੀ, ਕੁਛ ਕਰ ਦਿੱਤੀ, ਉਹਨੂੰ ਇਕੱਠਿਆਂ ਕਰ ਕਰਕੇ, ਅਤੇ ਇੱਕ ਡੱਬਾ ਜਾਂ ਇੱਕ ਖਾਲੀ ਜਗ੍ਹਾ ਹੁੰਦੀ, ਇੱਕ ਨੁੱਕਰ ਦੇ ਵਿੱਚ ਪਈ ਹੁੰਦੀ, ਉਹਦੇ ਵਿੱਚ ਅਸੀਂ ਰੱਖ ਦਿੰਦੇ ਹਾਂ। ਸਹੀ। ਅੱਛਾ, ਉਹ ਫਿਰ ਕੁਛ ਲੋਕ ਆਉਂਦੇ ਨੇ ਜਿਹੜੇ ਉਹਨੂੰ ਲੈ ਜਾਂਦੇ ਨੇ ਪਰਚੇਜ ਕਰਕੇ, ਉਹ ਗਿੱਲੀ ਪਈ ਨੂੰ ਹੀ ਸਭ ਤੋਂ ਵੱਡੀ ਤਾਂ ਗੱਲ ਹੈ ਵੀ ਕੋਈ ਵੀ ਚੇ ਜਿਹਨੂੰ ਪਾਣੀ ਲੱਗ ਜਾਂਦਾ ਉਹ ਗਿੱਲੀ ਹੁੰਦੀ, ਅਤੇ ਜਦੋਂ ਉਹਨੂੰ ਅਸੀਂ ਹਵਾ ਬੰਦ ਕਰਕੇ ਕਿਤੇ ਅੰਦਰ ਰੱਖ ਦਿੰਦੇ ਹਾਂ ਅਤੇ ਉਹਨੂੰ ਫੰਗਸ ਲੱਗ ਜਾਂਦੀ, ਫੰਗਸ ਬੇਸ਼ੱਕ, ਅਤੇ ਜਦੋਂ ਉਹਨੂੰ ਫੰਗਸ ਲੱਗਦੀ ਹੈ ਅਤੇ ਫੰਗਸ ਦੇ ਨਾਲ ਫੰਗਸ ਮੀਨ ਬਾਈ ਪੰਜਾਬੀ ਦੇ ਵਿੱਚ ਅਸੀਂ ਉਹਨੂੰ ਘਰਾਂ ਦੇ ਵਿੱਚ ਆਉਂਦੇ ਹਾਂ, ਉੱਲੀ ਸਬਜ਼ ਜਿਹਾ ਰੰਗ ਦਾ ਉੱਤੇ ਹੁੰਦੇ, ਇੱਕ ਜਾਲਾ ਜਿਹਾ ਬਣ ਜਾਂਦਾ। ਅੱਛਾ, ਉਹ ਜਦੋਂ
आ जाता है तो फिर उन्हों वो जदीद टेक्नोलॉजी के तहत अजकल हर बंद बल्कि अगाही हो गई जोड़े लोग दुध के नाल या वो डेयरी फार्मिंग के नाल मुंसलिक ने उनके एक बटेरिया की ग्रोथ होंगी है जिन्हों ऑफलाटॉक्सन के नाँ से उनका नाँ जदीद टेक्नोलॉजी के सामने आया ठीक है और वो फिर वो करता कि उनका उनके नुकसान की ने आप एक बड़ा लाइट जहा लै रहा सादा जहा भी यार कोई गल नहीं बई लोग कह रहे थे भी चलो उल्ली लग गई है ठीक इन सुका के टुकड़िया तो पाओ गावों या मझा उन्हें दुध लेकिन होया कि पता है लगे कि इन पसे पर्दा है कि भी ये जो ऑफलाटॉक्सन है जोड़ा ये जरा जिसम के इंसानी जिसम के जी कैंसर की ग्रोथ अजक हो रही है बड़ी मूजी मर्ज है उनकी ग्रोथ के मामन के तौर पर बिल्कुल अपना किरदार अदा कर किरदार अदा कर बेशक फिर ये एक चीज़ सामने आई कि भाई खल में चैक करो जो खल में भी चैक किया गया तो बाद जी खल दे भी ऐसी लोगों से जिते खल गिली हो जाती है या नमी के खल तैयार हो जाती है जो उन्होंने भी चैक किया गया तो उनके भी ऑफलाटॉक्सन के बैक्टीरिया की ग्रोथ होंगी नज़र आई उन्होंने असी कंट्रोल करने वास्ते की किया ठीक है भी इन हूँ असी वंडे आ जाइए और इन्हें वास्ते असी मुतबादल जिस खल के टुकड़े वास्ते जी गजा तैयार की उनका नाँ वंडा और वो वंडा मेरे ख्याल वंडे वाली साइड तो जाने तो पहले ना असी थोड़ा जिहा यह भी करांगे डॉक्टर साहब कि जो बोसी टुकड़े के इस्तेमाल के नाल जिहड़े मैं अपने जिम्मेदार ते काश्तकार भरावां नूं जिहड़े गावां मझां पालदे ने उन्हां नूं एक गल करना चाहवांगा कि इहदे जे नुकसानात दे उत्ते बड़ी वसी जिहड़ी ना गुफ्तगू कीती डॉक्टर साहब ने और बड़े मुअसर अंदाज़ दे विच तुहानूं दस्सिया है कि इहदे इस्तेमाल क्योंकि इहनूं असीं आम लैंदे हां और अक्सर घर होंदा है कि इहनूं रोटियां नूं पानी दे विच भगो के रख्या जांदा है और उहदे विच इहनां दे जिहड़े जरासीम हुंदे ने जिहड़े उहनां दी नशोनुमा बड़ी तेज़ी दे नाल हो जांदी है तो मैं चाहवांगा कि मेरे भरा इस ते जरूर अमल करनगे और अगर कोशिश करेंगे अगर जरूरी इस्तेमाल ही करना है तो कम से कम उन्हें फंगस या उल्ली जी लगी हुई ना उन्होंने देख लिया करन कि साफ सुथरा अगर रोटी का टुकड़ा या रोटियां जड़िया मिल जाए ने वो इस्तेमाल करा तो हूँ डॉक्टर साहब अगे आने असी कि एक जे डेयरी फार्म ने एक जो अच्छा फार्म जो बनाने वास्ते वो की चीज़ा जरूरी होंगे असल च एक फार्म स्टैबलिश करने वास्ते जो साडा फार्म है उन्होंने स्टैबलिश करने वास्ते एक अच्छा फार्म की तुसी सवाल किया बड़ा अच्छा सवाल किया इन वास्ते सानू दो तीन चीज़ों पर गौर करना पड़ेगा ठीक है सब तो पहली गल तो यह कि सानू उनका जिहड़ा फार्म का स्ट्रक्चर है जी जी यानी शैड शैड यानी जिथे असी जानवरों को रखना जी जी वो उनके ते सानू आना पड़ेगा दो तीन चीज़ा मैं शॉर्टकट टाइम शॉर्ट कर दिया दसांगा जी जी बिल्कुल लंबा टॉपिक लेकिन इन मैं क्लोज करा इस तरीके कि एक हवादार कुशादा शैड का होना जरूरी है ठीक है उनके जानवर का चलन फिरन वास्ते सैडा के जगह का होना जरूरी है उनके चारे की फराहमी जी असी खुरलियां तक लिजा के देनी जानवर आसान होना जरूरी है ठीक है उनके हवादार जगह का होना जरूरी है उनका जिन्ना भी जाया फुजला है जिंद पेशाब हों और गोबर है गोबर उनकी निकासी का आसान तरीक जो बंदोबस्त का होना जिहड़ा निकासी की जाए वह बहुत जरूरी है फौरी ठीक है और जानवरों नूं उन्दे विच पानी साफ की फराहमी बहुत जरूरी है बेशक बेशक और फिर एक खास चीज़ उन्दे विच जिहड़ी कि मैं कहांगा कि वो खैर लंबा टॉपिक है तुसी क्योंकि इन्हूं मैनूं शार्ट करन वास्ते कह इहदे उत्ते इहदे उत्ते कुछ चीज़ां जिहड़ियां बुनियादी चीज़ां ने ना जिहड़ियां असीं उह लाज़मी डिस्कस करनियां हन इहदे विच जिहड़ी बुनियादी सब तो चीज़ी कि जानवर की नस्ल के लिहाज नाल उस शैड का मौजूद होना जरूरी है बल्कि उन्दे विच मैं कहांगा कि बाद दफा असं वेख रहे होंगे कि जानवर साढ़े को रोई नसल का है ठीक है तो असी उन्हों पैड़ा या किल्याना बन दें ठीक जो तो कोई खुले इलाके का जानवर सही फिर असं की करने कि जानवर तो असं फ्रिजन रख लें ठीक है लेकिन साड़ी जगह तंग होंगी उन्होंने चलन पास उनका टंपरेचर का सानू अगर असं फ्रिजन जानवर वास्ते शैड बनाया तो सानू उन्हें वेखना क्या है भी इनका टंपरेचर की असं रखना सही उनका उस जानवर के फ्रिजन या जर्सी के मुताबिक टंपरेचर अच्छा फिर असी वेख लें भी साढ़े को साहीवाल नसल है तो उस हिसाब ना सानू शैड बनाना पेगा ठीक है बल्कि कुछ दिन ऐसे आ जाते हैं कि जिंदे विच जिहड़ी असी जर्सी या फ्रीजन रखिया होंदियां ने उन्हां नूं असी सानू एक खास टेंपरेचर दे रहि के शावरिंग वगैरह भी उन्हां नूं देनी पैंदी है सही क्योंकि जे पानी दी उन्हां नूं नमी होवे यानी मॉइस्चर जिहड़ा होंदा कंट्रोल करना खास तौर ते जून जुलाई और अगस्त तीन महीने ते जरूरी होने चाहिए ने कि जिन्हां महीनों दे विच यानी दुध दी पैदावार ज्यादा लैनी है जानवर तो ज्यादा प्रोडक्शन लैनी है सेहत भी ठीक होवे और उहदा जिहड़े बछड़े ने उहनां दी भी पैदावार ताकि उन्होंने अमवाद घट तो घट हो खास टेंपरेचर ये तो है कि खास शैड जिंदे विच मैं फिर शॉर्टकट गिनना
ਕਿ ਸਭ ਤੋਂ ਪਹਿਲੇ ਉਹ ਹਵਾਦਾਰ ਹੋਵੇ, ਠੀਕ ਹੈ, ਖੁੱਲ੍ਹਾ ਹੋਵੇ। ਯਾਨੀ ਇੱਕ ਅਗਰ ਅਸੀਂ 100 ਜਾਨਵਰ ਦਾ ਇੱਕ ਸ਼ੈੱਡ ਬਣਾਉਂਦੇ ਹਾਂ, 100 ਜਾਨਵਰ ਦਾ, ਉਹਦੇ ਵਾਸਤੇ ਤਕਰੀਬਨ ਮਿਨੀਮਮ ਕਿੰਨਾ ਰਕਬਾ? ਮੇਰੇ ਖਿਆਲ ਦੇ ਵਿੱਚ ਅਗਰ ਅਸੀਂ 100 ਜਾਨਵਰ ਦਾ ਸ਼ੈੱਡ ਬਣਾਉਣਾ ਹੈ, ਇੱਕ ਹੋਰ ਚੀਜ਼ ਵੀ ਲਾਜ਼ਮੀ ਆਏਗੀ ਕਿ ਉਹਦੇ ਵਾਸਤੇ ਸਾਇਲ, ਜਿਹੜਾ ਜਾਨਵਰਾਂ ਦਾ ਜਿਹੜਾ ਚਾਰਾ ਹੁੰਦਾ ਹੈ, ਖਾਸ ਕਰ ਦੁਧੀਲ ਜਾਨਵਰ ਜਿਹਨਾਂ ਦਾ ਅਸੀਂ ਦੁੱਧ ਲੈਣਾ ਹੈ, ਉਹਨਾਂ ਦੇ ਵਾਸਤੇ ਜੇ ਚਾਰਾ ਵੀ ਜਿਹੜਾ ਨਾ ਖੁਰਾਕ ਉਸਦੀ ਜ਼ਰੂਰੀ ਹੈ, ਔਰ ਇਹ ਜਿਹੜੇ ਮੌਸਮ ਦੇ ਹਵਾਲੇ ਨਾਲ ਜਿਹੜੇ ਚਾਰੇ ਹੁੰਦੇ, ਅਸੀਂ ਇਹਨਾਂ 'ਤੇ ਵੀ ਗੱਲਬਾਤ ਕਰਾਂਗੇ। ਅਤੇ ਪਹਿਲੇ ਤਾਂ ਇਹ ਦੱਸੋ ਕਿ ਜਿਹੜੇ 100 ਜਾਨਵਰ ਦਾ ਇੱਕ ਅਸੀਂ ਸ਼ੈੱਡ ਬਣਾਉਂਦੇ ਹਾਂ, ਤਾਂ ਉਹਦੇ ਵਾਸਤੇ ਕਿਤਨੀ ਜਗ੍ਹਾ ਦਰਕਾਰ ਹੈ ਔਰ ਕਿਸ ਤਰ੍ਹਾਂ? ਕਮ ਅਜ਼ ਕਮ ਜੀ ਅਗਰ ਅਸੀਂ ਅੱਛਾ ਸ਼ੈੱਡ ਤਿਆਰ ਕਰਦੇ ਹਾਂ ਨਾ, ਤਾਂ ਸ਼ੈੱਡ ਇੱਕ ਜਿਹਦੇ ਵਿੱਚ ਜਾਨਵਰ ਖੜ੍ਹੇ ਹੋ ਕੇ ਆਪਣਾ ਚਾਰੇ ਨੂੰ ਜੋਸ਼ ਕਰਨ, ਚਾਰੇ ਨੂੰ ਇਸਤੇਮਾਲ ਕਰ ਰਹੇ ਨੇ, ਠੀਕ ਹੈ। ਉਸ ਤੋਂ ਇਲਾਵਾ ਉਹਦੇ ਚੱਲਣ ਫਿਰਨ ਵਾਸਤੇ ਇਰਦ ਗਿਰਦ 'ਤੇ ਕੱਚੀ ਜਗ੍ਹਾ ਜਿਹਦੇ ਵਿੱਚ ਆਮ ਮਿੱਟੀ ਜਿਹੜੀ ਹੋਵੇ, ਨਰਮ ਹੋਵੇ, ਠੀਕ ਹੈ, ਜਿੱਥੇ ਜਾਨਵਰ ਆਸਾਨੀ ਦੇ ਨਾਲ ਬਹਿ ਵੀ ਸਕਣ ਔਰ ਆਪਣਾ ਵਗੈਰਾ। ਕਮ ਅਜ਼ ਕਮ 100 ਜਾਨਵਰ ਵਾਸਤੇ 1 ਏਕੜ ਜ਼ਰੂਰ ਹੋਣਾ ਚਾਹੀਦਾ। 1 ਏਕੜ, ਔਰ 1 ਏਕੜ ਦੇ ਨਾਲ ਉਹਨਾਂ ਦੇ ਚਾਰੇ ਦੀ ਜਿਹੜੀ ਕਮੀ ਨੂੰ ਪੂਰਾ ਕਰਨ ਵਾਸਤੇ ਕਿਤਨਾ ਨਾਲ ਕਿਸ ਕਿਸਮ ਦਾ ਚਾਰਾ ਉਹਨਾਂ ਨੇ ਕਾਸ਼ ਕਰਨਾ ਚਾਹੀਦਾ? ਕਿਉਂਕਿ ਚਾਰਾ ਹੁਣ ਜਿਸ ਤਰ੍ਹਾਂ ਗਰਮੀਆਂ ਨੇ, ਗਰਮੀਆਂ ਦੇ ਦਿਨ ਨੇ, ਇਹਨਾਂ ਦਿਨਾਂ ਦੇ ਵਿੱਚ ਜਾਨਵਰਾਂ ਨੂੰ ਚਾਰੇ ਦੀ ਕਮੀ ਹੋਈ, ਸਬਜ਼ ਚਾਰਾ ਜਿਹੜਾ ਖਾਸ ਕਰ ਉਸਦੀ ਕਿੱਲਤ ਹੋ ਜਾਂਦੀ, ਤਾਂ ਉਹਦੇ 'ਚ ਕਿਹੜੇ ਚਾਰੇ ਇਸਤੇਮਾਲ, ਉਹਦੀ ਕਮੀ ਨੂੰ ਕਿਵੇਂ ਪੂਰਾ ਕਰ ਸਕਦੇ? ਅਸਲ ਅਗਰ ਇਸ ਟੋਪਿਕ 'ਤੇ ਗੱਲ ਕੀਤੀ ਜਾਏ ਤਾਂ ਇਹਦੇ ਵਾਸਤੇ ਇੱਕ ਜ਼ਰੂਰੀ ਹੈ ਕਿ ਫਿਰ ਉਹ ਇੱਕ ਲੰਬੀ ਚੀਜ਼ 'ਤੇ ਜਾਂਦਾ ਕਿ ਜਿਵੇਂ ਜਾਨਵਰਾਂ ਦੀਆਂ ਨਸਲਾਂ ਨੇ, ਜੀ ਜੀ ਜੀ, ਜਿਵੇਂ ਉਹਦੀ ਬਰੀਡ ਹੈ, ਠੀਕ ਹੈ, ਉਹਦੇ ਹਿਸਾਬ ਨਾਲ ਚਾਰਾ ਜਾਤ ਹੁੰਦੇ ਨੇ। ਜਿਸ ਤਰ੍ਹਾਂ ਤੁਸੀਂ ਸਾਡੀ ਫਰੀਜ਼ੀਅਨ ਜਾਂ ਜਰਸੀ ਬਰੀਡ ਹੈ ਅਤੇ ਉਹਦੇ ਵਾਸਤੇ ਸਾਨੂੰ ਸਾਇਲੇਜ ਦੇਣਾ ਪਏਗਾ, ਠੀਕ ਹੈ, ਉਹਦੇ ਵਾਸਤੇ ਸਾਨੂੰ ਵੰਡਾ ਵੀ ਹਾਈ ਪ੍ਰੋਟੀਨ ਦੇਣਾ ਪਏਗਾ, ਠੀਕ ਹੈ। ਅਗਰ ਅਸੀਂ ਉਹਦੇ ਵਿੱਚ ਕੋਈ ਰੋਈ ਜਾਂ ਚੋਲੇ ਸਾਨੀ ਸਾਡੇ ਕੋਲ ਗਾਵਾਂ ਨੇ, ਤਾਂ ਉਹਦੇ ਵਾਸਤੇ ਸਾਨੂੰ ਮੁਨਾਸਿਬ ਸ਼ੈੱਡ ਹੋਣਾ ਪਏਗਾ, ਔਰ ਉਹਦੇ ਵਾਸਤੇ ਸਾਨੂੰ ਆਮ ਜਿਹੜਾ ਸਬਜ਼ ਚਾਰਾ ਔਰ ਤੂੜੀ, ਇਹਦਾ ਜ਼ਿਆਦਾ ਇਸਤੇਮਾਲ ਸਾਨੂੰ ਕਰਨਾ ਪਏਗਾ, ਜਿਹਦੇ ਵਿੱਚ ਵੰਡਾ ਸਾਨੂੰ ਯੂਜ਼ ਕਰਨਾ ਪਏਗਾ। ਔਰ ਉਹਦੇ ਨਾਲ ਜਿਹੜਾ ਤੀਸਰੇ ਟੋਪਿਕ 'ਤੇ ਆ ਗਿਆ ਕਿ ਅਸਲ ਸਾਹੀਵਾਲ ਦਾ ਹੀ ਨਸਲ ਦਾ, ਅਤੇ ਉਹਦੇ ਵਾਸਤੇ ਸਬਜ਼ ਚਾਰਾ ਤੂੜੀ ਔਰ ਵੰਡੇ ਦਾ ਸਾਨੂੰ ਚੇਂਜ ਕਰਨਾ ਪਏਗਾ, ਲੇਕਿਨ ਮੁਨਾਸਿਬ ਮੀਡੀਅਮ ਕਿਸਮ ਦਾ ਵੰਡਾ ਉੱਥੇ ਸਾਨੂੰ, ਹਾਈ ਪ੍ਰੋਟੀਨ ਨਹੀਂ ਦਰਮਿਆਨਾ, ਕਿਉਂਕਿ ਉਹਦੀ ਦੁੱਧ ਦੀ ਪ੍ਰੋਟੀਨ, ਕਿਉਂਕਿ ਉਹਨੇ 8 ਤੋਂ 10 ਕਿਲੋ ਦੁੱਧ ਦੇਣਾ, ਜਦੋਂ ਕਿ ਸਾਡੀ ਜਿਹੜੀ ਫਰੀਜ਼ਨ ਔਰ ਜਰਸੀ ਹੈ ਉਹਨਾਂ ਨੇ 30 ਕਿਲੋ ਤੋਂ 35 ਤੋਂ 40 ਕਿਲੋ ਤੱਕ ਵੀ ਉਹ ਦੁੱਧ ਦੇ ਜਾਂਦੀਆਂ ਨੇ। ਇਸ ਵਾਸਤੇ ਉਹਨਾਂ ਨੂੰ ਉਸ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਸਾਨੂੰ ਹਾਈ ਪ੍ਰੋਟੀਨ ਵੰਡੇ ਦਾ ਦੇਣਾ ਪਏਗਾ, ਇਸਤੇਮਾਲ ਕਰਨਾ ਪਏਗਾ, ਔਰ ਸਾਇਲੇਜ ਦਾ ਇਸਤੇਮਾਲ ਕਰਨਾ ਪਏਗਾ, ਪਾਣੀ ਦੀ ਮਿਕਦਾਰ ਬਹੁਤ ਜ਼ਿਆਦਾ ਇਸਤੇਮਾਲ ਕਰਨੀ ਪੈਗੀ, ਪਾਣੀ ਹਰ ਚੀਜ਼ ਸਾਰੇ ਜਾਨਵਰਾਂ ਵਾਸਤੇ ਹੀ, ਪਾਣੀ ਦਾ ਸ਼ੈੱਡ ਦੇ ਵਿੱਚ ਸਾਫ਼ ਸ਼ਫਾਫ ਔਰ ਹਰ ਟਾਈਮ ਤਾਜ਼ਾ ਪਾਣੀ ਦਾ ਇੰਤਜ਼ਾਮ ਸਾਨੂੰ ਉੱਥੇ ਰੱਖਣਾ, ਇੰਤਜ਼ਾਮ ਹੋਵੇ।